ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਵਿਤਾ ਸ਼ਰਮਾ ਅਤੇ ਮੈਂ ਪਠਾਨਕੋਟ ਸ਼ਹਿਰ ਦੀ ਰਹਿਣ ਵਾਲੀ ਹਾਂ ਜੀ। ਮੈਂ ਪੇਸ਼ੇ ਤੋਂ ਇੱਕ ਮੈਡੀਕਲ ਰਿਪ੍ਰਜੈਂਟੇਟਿਵ ਹਾਂ ਜੋ ਪਿਛਲੇ 8 ਸਾਲ ਤੋਂ ਆਪਣੀ ਨੌਕਰੀ ਕਰ ਰਹੀ ਹਾਂ ਜੀ। ਅਤੇ ਮੇਰੇ ਹਸਬੈਂਡ ਪੇਸ਼ੇ ਤੋਂ ਬਿਜ਼ਨਸਮੈਨ ਨੇ ਅਤੇ ਮੇਰਾ ਬੱਚਾ ਹੈ ਜੋ 11 ਸਾਲ ਦਾ ਹੈ ਜੀ। ਅਤੇ ਅੱਜ ਅਸੀਂ ਇੱਥੇ ਆਏ ਹਾਂ ਲੁਧਿਆਣੇ ਸ਼ਹਿਰ ਦੇ ਵਿੱਚ ਫਿਨਾਲੇ ਦੇ ਵਿੱਚ। 9 to 9 ਐਂਟਰਟੇਨਮੈਂਟ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਆਪਣਾ ਘਰ ਦਾ ਚੁੱਲ੍ਹਾ ਚੌਂਕਾ ਛੱਡ ਕੇ, ਆਪਣੇ ਘਰ ਦਾ ਕੰਮ ਕਾਰ ਛੱਡ ਕੇ, ਅਸੀਂ ਆਪਣੇ ਹੁਸਨ ਦੇ ਜਲਵੇ ਦਿਖਾਈਏ ਔਰ ਆਪਣੇ ਅੰਦਰ ਜਿਹੜੀ ਸਾਡੇ ਅੰਦਰ ਟੈਲੈਂਟ ਛੁਪਿਆ ਹੋਇਆ ਹੈ ਉਹ ਵਿਖਾਈਏ ਜੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਹਰ ਇੱਕ ਲੇਡੀ ਦਾ, ਹਰ ਇੱਕ ਔਰਤ ਦਾ ਬਚਪਨ ਤੋਂ ਡ੍ਰੀਮ ਹੁੰਦਾ ਹੈ ਕਿ ਉਹ ਆਪਣੇ ਅੰਦਰ ਛੁਪਿਆ ਹੋਇਆ ਟੈਲੈਂਟ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੈ, ਲੋਕਾਂ ਨੂੰ ਵਿਖਾਏ। ਮੇਰਾ ਵੀ ਇਹੀ ਡ੍ਰੀਮ ਸੀ ਕਿ ਮੇਰੇ ਅੰਦਰ ਜੋ ਟੈਲੈਂਟ ਲੁਕਿਆ ਹੋਇਆ ਹੈ, ਜਿਸ ਤਰ੍ਹਾਂ ਕਿ ਮੈਨੂੰ ਰੈਂਪ 'ਤੇ ਚੱਲਣ ਦਾ ਬਹੁਤ ਸ਼ੌਂਕ ਸੀ, ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਬਹੁਤ ਸ਼ੌਂਕ ਸੀ, ਅੱਜ ਇਹ ਟੈਲੈਂਟ, ਅੱਜ ਇਹ ਡ੍ਰੀਮ ਮੇਰਾ 9 to 9 ਐਂਟਰਟੇਨਮੈਂਟ ਦੀ ਟੀਮ ਵੱਲੋਂ ਪੂਰਾ ਹੋਇਆ ਹੈ। ਅਤੇ ਮੈਂ ਆਪਣੇ ਆਪ ਨੂੰ ਬਹੁਤ ਬਲੈਸ ਫੀਲ ਕਰਦੀ ਹਾਂ ਕਿਉਂਕਿ ਡ੍ਰੀਮ ਬਹੁਤ ਘੱਟ ਲੋਕਾਂ ਦੇ ਪੂਰੇ ਹੁੰਦੇ ਨੇ। ਅਤੇ ਮੈਂ ਬਾਕੀ ਔਰਤਾਂ ਨੂੰ ਵੀ ਇਹੀ ਸੁਨੇਹਾ ਦੇਣਾ ਚਾਹਵਾਂਗੀ ਕਿ ਜਿਨ੍ਹਾਂ ਔਰਤਾਂ ਦਾ ਡ੍ਰੀਮ ਆਪਣਾ ਪੂਰਾ ਕਰਨ ਦਾ ਮਕਸਦ ਹੈ, ਉਹ ਆਪਣੇ ਚਿੱਲੇ ਚੌਂਕੇ 'ਤੇ ਹੀ ਨਾ ਰਹਿਣ, ਆਪਣੇ ਕੰਮ ਕਾਜ 'ਚ ਵੀ ਨਾ ਰਹਿਣ। ਜ਼ਿੰਦਗੀ ਇੱਕ ਵਾਰ ਮਿਲਦੀ ਹੈ, ਇਹਨੂੰ ਪੂਰੀ ਤਰ੍ਹਾਂ ਜੀਣਾ ਚਾਹੀਦਾ ਅਤੇ ਆਪਣੇ ਇਸ ਡ੍ਰੀਮ ਨੂੰ ਜ਼ਰੂਰ ਪੂਰਾ ਕਰਿਓ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।